ਡਿੰਗੇ ਮੌਜੂਦ ਆ ਇਸ ਟਾਈਮ। ਡਿੰਗੇ ਵਾਲਾ ਜਿਹੜਾ ਸੇਮ ਨਾਲਾ, ਇਹਦੇ ਵਿੱਚ ਇਹ ਵਾਕਿਆ ਪੇਸ਼ ਆਇਆ ਜੀ। ਅਸਲਾਮ ਅਲੈਕੁਮ, ਮੇਰਾ ਇਹ ਤਮਾਮ ਉਹਨਾਂ ਲੋਕਾਂ ਵਾਸਤੇ ਪੈਗਾਮ ਹੈ ਜਿਹੜੇ ਆ ਸੇਮ ਨਾਲੇ ਦੇ ਕਰੀਬ, ਜਿਨ੍ਹਾਂ ਦੇ ਘਰ ਨੇ ਜਾਂ ਜਿੱਥੋਂ ਜਿੱਥੋਂ ਇਹ ਗੁਜ਼ਰਦਾ। ਇਸ ਦਿਨਾਂ ਵਿੱਚ ਤੁਹਾਨੂੰ ਪਤਾ ਬਾਰਿਸ਼ਾਂ ਹੁੰਦੀਆਂ ਨੇ ਅਤੇ ਉੱਪਰ ਤਾਂ ਹੀ ਪਾਣੀ ਆਏ ਆ ਔਰ ਬਹੁਤ ਗਹਿਰਾ ਹੈ, ਅਤੇ ਉਹਨਾਂ ਲੋਕਾਂ ਵਾਸਤੇ ਪੈਗਾਮ ਹੈ। ਤੁਹਾਡੇ ਅੱਗੇ ਰਿਕੁਐਸਟ ਹੈ ਕਿ ਜਿੱਥੋਂ ਜਿੱਥੋਂ ਵੀ ਤੁਹਾਡੇ ਕਰੀਬ ਘਰ ਨੇ ਜਾਂ ਜਿੱਥੋਂ ਇਹ ਗੁਜ਼ਰਦਾ, ਆਪਣੇ ਬੱਚਿਆਂ ਦੀ ਹਿਫਾਜ਼ਤ ਕਰੋ। ਕਿਉਂਕਿ ਅੱਜ ਤੋਂ 2-3 ਦਿਨ ਪਹਿਲਾਂ ਜਨਾਬ 3 ਬੱਚੇ ਦੇ ਵਿੱਚ ਡਿੱਗੇ ਨੇ, ਜਿਹੜੇ 2 ਜ਼ਿੰਦਾ ਕੱਢ ਲਏ ਗਏ ਆ ਅਤੇ ਇੱਕ ਜਿਹੜੀ ਬੱਚੀ ਹੈ 8 ਸਾਲ ਦੀ, ਉਹਦੀ ਲਾਸ਼ 2 ਦਿਨਾਂ ਬਾਅਦ ਲੱਭੀ ਹੈ। ਹਰ ਸਾਲ ਕੋਈ ਨਾ ਕੋਈ ਇਹ ਹਾਦਸਾ ਪੇਸ਼ ਆ ਜਾਂਦਾ ਜਦੋਂ ਵੀ ਬਾਰਿਸ਼ਾਂ ਹੁੰਦੀਆਂ ਨੇ, ਅਤੇ ਉਹਨਾਂ ਲੋਕਾਂ ਵਾਸਤੇ ਪੈਗਾਮ ਹੈ ਕਿ ਆਪਣਿਆਂ ਬੱਚਿਆਂ ਦੀ ਹਿਫਾਜ਼ਤ ਕਰੋ, ਥੋੜ੍ਹੀ ਤਿਆਤ ਕਰੋ ਇਹਨਾਂ ਦਿਨਾਂ ਵਿੱਚ। ਤੁਹਾਨੂੰ ਪਤਾ ਹੈ ਕਿ ਪਾਣੀ ਉੱਪਰ ਤਾਂ ਹੀ ਆਇਆ ਹੁੰਦਾ ਔਰ ਇਹ ਬਹੁਤ ਡੂੰਘਾ ਵੇ ਇਹਨਾਂ ਦਿਨਾਂ ਵਿੱਚ। ਖਾਸ ਕਰ ਆਪਣੇ ਬੱਚਿਆਂ ਨੂੰ ਬਾਹਰ ਨਾ ਨਿਕਲਣ ਦਿਓ ਜਿਨ੍ਹਾਂ ਦੇ ਸੇਮ ਦੇ ਕਰੀਬ ਘਰ ਨੇ ਜਾਂ ਜਿਹੜੇ ਜਿਹੜੇ ਪਿੰਡ ਵਿੱਚ ਗੁਜ਼ਰ ਰਿਹਾ। ਇਸ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਜਿਹੜੇ ਲੋਕਾਂ ਦੇ ਕਰੀਬ ਇਹਨਾਂ ਦੇ ਘਰ ਨੇ, ਤਾਂ ਕਿ ਉਹਨਾਂ ਨੂੰ ਕੋਈ ਫਾਇਦਾ ਇਸਦਾ ਹਾਸਲ ਹੋ ਸਕੇ। ਬਹੁਤ ਮਿਹਰਬਾਨੀ, ਸ਼ੁਕਰੀਆ।